ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮਲਟੀਟਾਸਕਿੰਗ ਗਰਲ ਵਿੱਚ। ਅਤੇ ਅੱਜ ਜਿਹੜੀ ਵੀਡੀਓ ਹੈ ਫਰੈਂਡਸ, ਇਹ ਆਈ ਆ, ਮੈਨੂੰ ਪਹਿਲਾਂ ਕਮੈਂਟ ਆਇਆ ਸੀ, ਸੋਰੀ, ਪਹਿਲਾਂ ਮੈਂ ਮੰਗਣਾ ਚਾਹੁੰਦੀ ਹਾਂ ਉਹਦੇ ਲਈ ਕਿ ਮੈਂ ਇਹ ਵੀਡੀਓ ਬਣਾਉਣ ਨੂੰ ਬਹੁਤ ਲੇਟ ਹੋ ਗਈ, ਕਿਉਂਕਿ ਮੈਨੂੰ ਲਗਭਗ 1 ਮਹੀਨੇ ਤੋਂ ਵੀ ਉੱਪਰ ਹੋ ਗਿਆ। ਇਹ ਕਮੈਂਟ ਆਇਆ ਸੀ ਕਿ ਤੁਸੀਂ ਪੈਂਟ ਪਲਾਜ਼ੋ 'ਤੇ ਜਿਹੜੀ ਆ ਵੀਡੀਓ ਬਣਾਓ। ਅਤੇ ਅੱਜ ਜਿਹੜੀ ਆ ਜੀ ਇਹ ਵੀਡੀਓ ਹੈਗੀ ਆ ਪੈਂਟ ਪਲਾਜ਼ੋ ਦੀ ਕਟਿੰਗ 'ਤੇ, ਅਤੇ ਸੈਕਿੰਡ ਪਾਰਟ ਜਿਹੜਾ ਸਟਿਚਿੰਗ ਦਾ ਹੋਊਗਾ, ਕਿਉਂਕਿ ਜਦੋਂ ਡਿਟੇਲ 'ਚ ਸਮਝਾਉਂਦੇ ਹਾਂ ਤਾਂ ਉਦੋਂ ਫਿਰ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਅਤੇ ਫਿਰ ਵੀਡੀਓ ਲੰਬੀ ਹੋ ਜਾਂਦੀ ਆ। ਸੋ ਇਹ ਵਾਲੀ ਵੀਡੀਓ ਆ ਜਿਹੜੀ ਦੋ ਪਾਰਟਾਂ ਦੇ ਵਿੱਚ ਆਊਗੀ। ਫਸਟ ਪਾਰਟ ਕਟਿੰਗ ਦਾ ਹੋਊਗਾ, ਸੈਕਿੰਡ ਪਾਰਟ ਜਿਹੜਾ ਆ ਉਹ ਸਟਿਚਿੰਗ ਦਾ ਆਊਗਾ। ਅਤੇ ਇਹ ਅਸੀਂ ਬੈਲਟ ਵਾਲਾ ਸਾਈਡ ਜ਼ਿਪ ਲਗਾ ਕੇ ਜਿਹੜਾ ਸਾਈਡ ਤੋਂ ਹੁੱਕ ਲਗਾ ਕੇ ਸੀਂਦਾ, ਇਹ ਵਾਲਾ ਪੈਂਟ ਪਲਾਜ਼ੋ ਅਸੀਂ ਉਸ ਤਰ੍ਹਾਂ ਸੀਣਾ ਆ। ਅਤੇ ਚਲੋ ਫਿਰ ਪਹਿਲਾਂ ਇਹਦੀ ਕਟਿੰਗ ਕਰਦੇ ਹਾਂ। ਅਤੇ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਨਾਪ ਦੱਸ ਦਿੰਦੇ ਹਾਂ। ਨਾਪ ਦੱਸਣ ਦੇ ਨਾਲ ਨਾਲ ਇਹ ਵੀ ਦੱਸ ਦਿੰਦੇ ਹਾਂ ਕਿ ਅਸੀਂ ਹਿੱਪ ਦੇ ਮਤਲਬ ਹਿੱਪ ਦੇ ਅਕੋਰਡਿੰਗ ਜਿਹੜਾ ਆ ਉਹ ਆਸਣ ਕਿਸ ਤਰ੍ਹਾਂ ਕੱਢਾਂਗੇ। ਅਤੇ ਨਾਲ ਹੀ ਨਾਲ ਜਿਹੜਾ ਆ ਅਸੀਂ ਜਿਹੜਾ ਆਸਣ ਕੱਢਣ ਦੇ ਨਾਲ ਜਿਹੜੇ ਥਾਈ ਵਗੈਰਾ ਨੂੰ ਹਾਫ ਕਰਕੇ ਨਾਪ ਜਿਹੜਾ ਕਿੱਦਾਂ ਲਵਾਂਗੇ। ਅਤੇ ਚਲੋ ਫਿਰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਦੇਖੋ ਜੀ ਇਹਦੀ ਲੰਬਾਈ ਜਿਹੜੀ ਹੈਗੀ ਆ ਉਹ ਹੈਗੀ ਆ 37 ਇੰਚ, ਮਤਲਬ 37 ਇੰਚ। ਮੈਂ ਤੁਹਾਨੂੰ ਸਿੱਧੇ ਪਾਸਿਓਂ ਦਿਖਾ ਦਿੰਦੀ ਹਾਂ, ਦੇਖੋ ਇਹਦੀ ਲੰਬਾਈ ਜਿਹੜੀ ਹੈਗੀ ਆ ਉਹ ਹੈਗੀ ਆ 37 ਇੰਚ। ਜਿਹੜੀ ਇਹਦੀ ਹਿੱਪ ਆ ਉਹ 36 ਇੰਚ ਆ, ਅਤੇ ਜਿਹੜੀ ਥਾਈ ਆ ਉਹ 24 ਇੰਚ ਆ, ਅਤੇ ਜਿਹੜੀ ਮੋਹਰੀ ਅਸੀਂ ਰੱਖਣੀ ਆ ਉਹ 6 ਇੰਚ ਰੱਖਣੀ ਆ। ਇਹ ਜਿਹੜਾ ਸਟੇਟ ਪੈਂਟ ਪਲਾਜ਼ੋ ਆ, ਪੈਂਟ ਵੀ ਕਹਿ ਸਕਦੇ ਹੋ, ਨੈਰੋ ਬੋਟਮ ਪੈਂਟ ਜਿੱਦਾਂ ਹੁੰਦੀ ਆ, ਮਤਲਬ ਸਿਗਰਟ ਪੈਂਟ ਵੀ ਇਹਨੂੰ ਕਹਿੰਦੇ ਆ। ਬਹੁਤ ਸਾਰੇ ਨਾਮ ਹੁੰਦੇ ਅਲੱਗ ਅਲੱਗ, ਪਰ ਚੀਜ਼ ਜਿਹੜੀ ਆ ਇੱਕ ਹੀ ਹੁੰਦੀ ਆ। ਸੋ ਜਿੰਨਾ ਆਹ ਮੋਹਰੀ ਆ ਇਹ ਤਾਂ ਅਸੀਂ ਉਨੀ ਹੀ ਲਵਾਂਗੇ, ਅਤੇ ਜਿੰਨੀ ਥਾਈ ਆ ਥਾਈ ਨੂੰ ਅਸੀਂ ਅੱਧ ਕਰਕੇ ਲਵਾਂਗੇ, ਮਤਲਬ ਕਿ ਇਹਨੂੰ ਜਿਹੜਾ ਇਹਦਾ ਅੱਧ ਕਰ ਲਵਾਂਗੇ, ਇਹਨੂੰ ਦੋ ਨਾ ਭਾਗ ਕਰਾਂਗੇ। ਅਤੇ ਜਿਹੜੀ ਥਾਈ ਆ ਅਸੀਂ ਉਹ 12 ਇੰਚ ਦੀ ਲੈਣੀ ਆ, ਅਤੇ ਹਿੱਪ ਜਿਹੜੀ ਆ ਸਾਡੇ ਕੋਲ 36 ਇੰਚ ਆ, ਇਹਦੀ ਅਸੀਂ ਇਹਦਾ ਵੀ ਅਸੀਂ ਜਿਹੜਾ ਆ ਉਹ ਚੌਥਾ ਭਾਗ ਲੈਣਾ ਆ, ਇਹਦਾ ਚੌਥਾ ਭਾਗ ਲੈਣਾ ਆ ਅਸੀਂ ਕਟਿੰਗ ਦੇ ਵਿੱਚ। ਅਤੇ ਜਿਹੜੀ ਸਾਡੇ ਕੋਲ ਬਚਦੀ ਆ ਲੰਬਾਈ, ਲੰਬਾਈ ਅਸੀਂ ਜਿੰਨੀ ਲੰਬਾਈ ਹੈਗੀ ਆ ਉਨੀ ਲੈਣੀ ਆ, ਕਿਉਂਕਿ ਇਹ ਬੈਲਟ ਵਾਲਾ ਆ। ਸੋ ਅਸੀਂ ਇਹਦੇ ਵਿੱਚ 1 ਇੰਚ ਲੰਬਾਈ ਘੱਟ ਲਵਾਂਗੇ, 1 ਇੰਚ ਅਸੀਂ ਘੱਟ ਲੈ ਕੇ 36 ਇੰਚ ਲਵਾਂਗੇ, ਕਿਉਂਕਿ ਜਿਹੜੀ 1 ਇੰਚ ਦੀ ਉੱਪਰ ਜਦੋਂ ਬੈਲਟ ਲੱਗ ਜੂਗੀ ਅਤੇ ਉਹਦੇ ਨਾਲ ਲੰਬਾਈ ਫਿਰ ਪੂਰੀ ਆ ਜੂਗੀ। ਅਤੇ ਜਿਹੜੀ ਆਹ ਆ ਇਹ ਅਸੀਂ 4 ਨਾ ਭਾਗ ਕਰਕੇ ਲੈਣੀ ਆ। ਤਾਂ ਜਿਹੜਾ ਆਸਣ ਆ ਉਹ ਵੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਕਿਸ ਤਰ੍ਹਾਂ ਲੈਣਾ ਆ। ਅਤੇ ਚਲੋ ਜੀ ਸ਼ੁਰੂ ਕਰਦੇ ਹਾਂ। ਇੱਥੇ ਮੈਂ ਤੋਂ 36 ਲਿਖ ਹੋ ਗਿਆ। ਜਿਹੜੀ ਹਿੱਪ ਆ ਇਹ 38 ਆ, ਅਤੇ ਇਹ ਜਿਹੜਾ ਮੈਂ ਕਸਟਮਰ ਦਾ ਦੂਸਰੀ ਕਾਪੀ ਤੋਂ ਨਾਪ ਉਤਾਰਿਆ ਸੀ ਤਾਂ ਮੇਰੇ ਕੋਲ ਇੱਥੇ ਗਲਤੀ ਨਾਲ ਲਿਖ ਹੋ ਗਿਆ। ਤੁਸੀਂ ਜਿਹੜਾ ਆ ਕਟਿੰਗ ਕਰਨ ਤੋਂ ਪਹਿਲਾਂ ਇੱਕ ਵਾਰ ਜਿੱਥੇ ਵੀ ਤੁਸੀਂ ਨਾਪ ਲਿਖਿਆ ਹੋਊਗਾ ਚੈੱਕ ਕਰ ਲਿਓ, ਕਿਉਂਕਿ ਅਸੀਂ ਚੈੱਕ ਕਰ ਲਵਾਂਗੇ ਤਾਂ ਫਿਰ ਆਸਾਨੀ ਹੋਊਗੀ ਇੱਥੇ, ਨਹੀਂ ਤਾਂ ਹੁਣ ਗਲਤੀ ਹੋ ਜਾਣੀ ਸੀ ਮੇਰੇ ਕੋਲੋਂ ਵੀ, ਗਲਤੀ ਸਾਰਿਆਂ ਕੋਲ ਹੋ ਜਾਂਦੀ ਆ। ਸੋ ਧਿਆਨ ਰੱਖਣਾ ਹੁਣ ਜਿਹੜਾ 38 ਦਾ ਅਸੀਂ ਅੱਧ ਕਰਾਂਗੇ ਉਹ ਆਊਗਾ 19 ਇੰਚ, ਅਤੇ 19 ਇੰਚ ਦਾ ਜਦੋਂ ਅਸੀਂ ਅੱਧ ਕਰਾਂਗੇ ਉਹ ਆਊਗਾ 9.5 ਇੰਚ। ਠੀਕ ਹੈ ਜੀ, ਹਿੱਪ ਜਿਹੜੀ ਆ ਅਸੀਂ 9.5 ਇੰਚ 'ਤੇ ਕਟਿੰਗ ਕਰਨੀ ਆ। ਅਤੇ ਹੁਣ ਜਿਹੜਾ ਆਸਣ ਹੈ ਉਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਕਿਸ ਤਰ੍ਹਾਂ ਕੱਢਣਾ ਆ। ਅਤੇ ਦੇਖੋ ਆਸਣ ਕੱਢਣ ਦੇ ਲਈ ਅਸੀਂ ਜਿਹੜਾ ਆ ਹਿੱਪ ਨੂੰ ਜਿਹੜਾ ਆ ਟੋਟਲ ਜਿੰਨੀ ਸਾਡੀ ਹਿੱਪ ਹੁੰਦੀ ਆ ਮਤਲਬ ਉਹਨੂੰ ਅਸੀਂ 4 ਨਾ ਭਾਗ ਕਰਨਾ ਆ ਪਹਿਲਾਂ, ਠੀਕ ਆ। ਜਿੰਨਾ ਸਾਡੇ ਕੋਲ ਆਊਗਾ ਉਹ ਉਹਦੇ ਵਿੱਚ ਜਿਹੜਾ ਆ ਅਸੀਂ 2 ਤੋਂ 2.5 ਇੰਚ ਪਲੱਸ ਕਰ ਦੇਣਾ, ਉਹ ਅਸੀਂ ਸਾਈਜ਼ ਦੇ ਅਕੋਰਡਿੰਗ ਕਰਨਾ ਹੈ। ਜਿੰਨਾ ਮਤਲਬ ਸਾਈਜ਼ ਭਾਰਾ ਹੁੰਦਾ ਜਾਊਗਾ ਅਤੇ ਉਨੇ ਹੀ ਅਸੀਂ 1 ਇੰਚ ਇੱਥੇ ਵਧਾਈ ਜਾਵਾਂਗੇ। ਮੰਨ ਲਓ ਇੱਥੇ ਹਜੇ ਜਿਹੜਾ 38 ਆ, ਅਤੇ ਇੱਥੇ 38 ਇੰਚ ਦੇ ਇੱਥੇ ਅਸੀਂ 2 ਇੰਚ ਪਲੱਸ ਕਰਨੇ ਆ। ਜੇ ਇਹੀ 40 ਇੰਚ 'ਤੇ ਚਲਾ ਜਾਊਗਾ ਤਾਂ ਅਸੀਂ ਇੱਥੇ 2.5 ਜਾਂ 2.5 ਇੰਚ ਪਲੱਸ ਕਰਨੇ ਆ। ਇੱਦਾਂ ਇੱਦਾਂ ਜਿੱਦਾਂ ਮਤਲਬ ਸਾਈਜ਼ ਵਧੀ ਜਾਊਗਾ ਉੱਦਾਂ ਅਸੀਂ ਵਧਾਉਣੇ ਆ। ਇਹ ਤੁਹਾਨੂੰ ਮੈਂ ਕਿਸੇ ਦਿਨ ਅਲੱਗ ਵੀਡੀਓ 'ਚ ਦੱਸੂੰਗੀ ਕਿ ਅਸੀਂ ਕਿੰਨੇ ਸਾਈਜ਼ ਦਾ ਕਿੰਨਾ ਨਾਪ ਲੈਣਾ ਆ। ਅਤੇ ਇੱਥੇ ਹੁਣ ਜਿਹੜੀ ਸਾਡੀ ਲਾ ਲਓ ਹਿੱਪ ਹੈਗੀ ਆ 38 ਇੰਚ, ਠੀਕ ਹੈ। 38 ਇੰਚ ਨੂੰ ਜਿਹੜਾ ਆ ਅਸੀਂ 4 ਨਾਲ ਜਦੋਂ ਭਾਗ ਕਰਾਂਗੇ ਤਾਂ ਸਾਡੇ ਕੋਲ ਆਊਗਾ 9.5 ਇੰਚ। ਅਤੇ ਜਦੋਂ ਅਸੀਂ 9.5 ਇੰਚ ਦੇ ਵਿੱਚ 2 ਇੰਚ ਪਲੱਸ ਕਰਾਂਗੇ ਤਾਂ ਇੱਥੇ ਸਾਡੇ ਕੋਲ ਆਊਗਾ 11.5 ਇੰਚ। ਅਤੇ 11.5 ਇੰਚ ਦੇ ਮਤਲਬ ਸਾਡਾ ਜਿਹੜਾ ਆ ਆਸਣ ਦਾ ਨਿਸ਼ਾਨ ਲੱਗੂਗਾ। ਆਸਣ ਜਿਹੜਾ ਅਸੀਂ ਇਸੇ ਤਰ੍ਹਾਂ ਕੱਢਣਾ ਆ, ਜਿਹੜੇ ਮਰਜ਼ੀ ਸਾਈਜ਼ ਹੋਵੇ ਆਸਣ ਅਸੀਂ ਇੱਦਾਂ ਹੀ ਕੱਢਣਾ ਆ। ਬਸ ਜਿਹੜਾ ਆਹ ਚੀਜ਼ ਆ 2 ਇੰਚ ਜਾਂ 2.5 ਇੰਚ ਇਹ ਅਸੀਂ ਸਾਈਜ਼ ਦੇ ਅਕੋਰਡਿੰਗ ਪਲੱਸ ਕਰਨਾ ਆ। ਜਿੰਨਾ ਹੈਵੀ ਸਾਈਜ਼ ਹੋਊਗਾ ਉਹਦੇ ਵਿੱਚ ਅਸੀਂ ਥੋੜ੍ਹਾ ਜ਼ਿਆਦਾ ਪਲੱਸ ਕਰਨਾ ਆ। ਅਤੇ ਜਿਹੜੇ ਜਦੋਂ ਅਸੀਂ ਆਸਣ ਨੂੰ ਕਟਿੰਗ ਕਰਦੇ ਹਾਂ ਇਸ ਤਰ੍ਹਾਂ, ਜਿਹੜੀ ਇੱਥੋਂ ਗੁਲਾਈ ਦੇਈਦੀ ਆ ਆਸਣ ਵਿੱਚ, ਇਹ ਅਸੀਂ ਗੁਲਾਈ ਵੀ ਡੂੰਘੀ ਨਹੀਂ ਦੇਣੀ ਹੈਗੀ, ਇਸੇ ਤਰ੍ਹਾਂ ਸਿੱਧੀ ਸਿੱਧੀ ਜਿਹੜੀ ਆ
गलाई देनी है, क्योंकि जो ज्यादा डूंगाई असी दें सही नहीं होंगी, इसलिए असी बिल्कुल सीधी सीधी बस कटिंग करनी है। चलो कटिंग दिखावे, नाप हूँ थानू असी दिखा दिता है, तो चलो जी कटिंग शुरू कर दे। तो सब तो पहला जिहड़ा है असी लंबाई का निशान लावांगे, तो 1 इंच जिहड़ा है असी उपर नूं रख देना। मैं तुहानूं दिखाउंदी किस तरह, देखो जी लंबाई का निशान लाउणा असी इत्थे 1 इंच जिहड़ा उपर रख देना, क्योंकि जिहड़ी 1 इंच दी इहदे विच बैल्ट लगेगी, पिछों इलास्टिक लगनी है, अग्गों जिहड़ी बैल्ट की पट्टी लगनी है, क्योंकि ये हुक तो ते नाल साइड जिप लगा के असी बनाउणा है। इसे तरह 1 इंच असी रख लैणा है, तो लंबाई का निशान लाउणा है। तो देखो हुण 1 इंच नूं उपर असी इस तरह छड्ड दांगे, तो इसे तरह नीचे नूं जांदे होए साडी लंबाई हैगी 37 इंच, तो असी पूरा 37 इंच ते ही निशान ला लांगे। तो जे तुसी 1 इंच माइनस करना है इस तरह, देखो 1 इंच माइनस करना है, फिर तुसी माइनस करके जिहड़ा है इस तरह 36 इंच दे निशान लगाना। देखो 36 इंच आ गया निशान, असी उपरों इदा पूरा टोटल रखिया, पर जे तुसी नहीं माइनस करना जां तुसी बिगनर हो, सब तो वधिया चीज़ यही आ कि तुसी जिनी लंबाई थोड़ी हैगी आ इत्थे तुसी 1 इंच नूं इस तरह उपर नूं छड्ड दो, ते नीचे जिनी थोड़ी लंबाई हैगी आ उन्नी लंबाई ते जिहड़ा तुसी निशान अपना लंबाई का लगा लो। ये लंबाई का निशान साडा लग चुका है, निशान नूं जिहड़ा आ स्केल नाल असी सीधा कर देवांगे। इस निशान का हजे कोई रोल नहीं हैगा, ये जो असी कटिंग करनी आ उदों इहदा दसांगे, मतलब जो सारा आसन वगैरह का निशान लग जूगा, ये असी बाद चो निशान लाने आ। सब तो पहला जिहड़े असी उपर हुण जिहड़ा आ आसन वगैरह का निशान लाना आ, थाई का इथों जिहड़ा आ असी हिप वगैरह जिहड़ी आ उहदा निशान लगाउने आ। तो चलो फिर शुरू करते हैं। तो लो जी हिप जिहड़ी हैगी आ साडी हैगी 9 इंच, तो सब तो पहला इत्थे कन्नी आ, कन्नी तो जिहड़ा है असी 1/2 इंच इस तरह छड्ड देवांगे, कन्नी नूं छड्ड देवांगे, कन्नी तो अगे जिहड़ा है असी 9.5 इंच का निशान लगावांगे इस तरह, तो ये जिहड़ा है असी 2.5 इंच का निशान जिहड़ा है वह एक्सट्रा लगाना है। मतलब जिनी साडी हिप आ, हिप तो मैं कोलों करके तुहानूं दिखा दिंदी हाँ, देखो साडी हिप हैगी आ 9.5 इंच, इतों पहला असी कन्नी का 1/2 इंच छड्ड देना, तो उस तो बाद जिहड़ा है 9.5 इंच का निशान इतने असी लगा लिया, तो ये जिहड़ा है 2.5 इंच असी प्लस करके लगाना है, तो टोटल जिहड़ा है इहनू नाप लैना, टोटल ये साडा निशान जिहड़ा है वह 12 इंच का आंदा पिया है। तो इसे तरह जिहड़ा है नीचे भी असी 12 इंच का निशान इस तरह लगा लेना है। तो जिहड़ा साडा आसन निकलिया सीगा वह सीगा 11.5 इंच, तो इतने हुण जिहड़ा है असी 11.5 इंच ते जिहड़ा इस तरह निशान लावांगे, तो ये निशाना नूं सारियां नूं हुण पहला सीधा कर लवांगे असी। तो देखो निशान हुण असी सीधे कर ले आ, ते इत्थे जिहड़ी स्थाई दा नाप आ साडा वह भी 12 इंच ही आ, ते इत्थों जिहड़ा आ असी 1.5 इंच एक्सट्रा लैणा आ इस तरह इत्थे 1.5 इंच एक्सट्रा। कई बार की हुंदा कि थाई दा नाप साडा ज्यादा इत्थों ही चला जांदा आ, फिर जिदा सानूं इत्थे मान लो कि किसे दा थाई दा जिहड़ा आ वह नाप 28 इंच आ, ते इत्थे उहदा अद्ध करके 24-14 इंच हो जूगा, तो वह इसे तरह अगे नूं चला जाऊगा, उहदे विच सानूं 1.5 इंच लैणा नहीं पैंदा। इत्थे इहनां दी थाई जिहड़ी आ 12 इंच सीगी, तां करके जिहड़ा असी 1.5 इंच लिया आ, ते इत्थे जिहड़ी गलाई आ हुण असी इसे तरह पावांगे। ये ज्यादा जिहड़ी आ गोल नहीं करनी हुंदी, बस जिहड़ी सीधी सीधी पाउणी हुंदी आ, क्योंकि जिन्नी ज्यादा गोल करांगे उन्नी ज्यादा जिहड़ी आ बैठण उठण दे विच दिक्कत होऊगी। ते इत्थे जिहड़ा हुण असी लाणा निशान इत्थे असी पाउणियां आ प्लेटां, ते पहलां देखो असी टोटल इहनूं देख लैणा आ, असी इथों लै के हुण जिहड़ा इत्थे कन्नी तक देखणा आ। पहलां असी कन्नी दा 1/2 इंच जिहड़ा छड्डिया सी, पर हुण असी टोटल कन्नी तक नापणा आ, ते टोटल कन्नी तक नाप के जिहड़ा आ इह 12.5 इंच आ रिहा आ, ते असी 12.5 इंच दा पहलां हुण अद्ध करांगे। 12.5 इंच दा अद्ध करन दे देखो इत्थे आ रिहा आ 6.25, ते 6.25 दा जिहड़ा असी निशान इत्थे लगा लैणा आ, ते इत्थे देखो 6.25 इंच दा असी निशान लगा लिया, ते इह निशान जिहड़ा आ नीचे नूं जिहड़ा आ ਉਹ 4.25 इंच ਦਾ ਲਗਾਉਣਾ ਆ। ਤੇ ਇਹ ਸਾਡੇ ਦੋ ਨਿਸ਼ਾਨ ਲੱਗ ਗਏ, ਇੱਕ ਇਹਦਾ ਅੱਧ ਹੋ ਗਿਆ, ਤੇ ਉੱਪਰੋਂ ਨੀਚੇ ਨੂੰ ਜਿਹੜਾ ਆ ਉਹ 4.25 ਦਾ ਨਿਸ਼ਾਨ ਲਗਾ ਲਿਆ। ਹੁਣ ਇੱਥੇ ਜਿਹੜਾ ਆ ਅਸੀਂ 0.25 ਇੰਚ ਦਾ ਨਿਸ਼ਾਨ ਲਗਾਉਣਾ ਆ ਪਲੇਟਾਂ ਦਾ, ਦੋਨੋਂ ਤਰਫ ਨੂੰ ਜਿਹੜਾ ਆ 0.25 ਇੰਚ ਦਾ ਨਿਸ਼ਾਨ ਲਾਵਾਂਗੇ, ਤੇ ਇਹ ਜਿਹੜਾ ਟੋਟਲ ਨਿਸ਼ਾਨ ਆ 1.5 ਇੰਚ ਦਾ ਹੋ ਜਾਊਗਾ। 2.5 ਇੰਚ ਇੱਥੋਂ ਜਿਹੜਾ ਅਸੀਂ 2.5 ਇੰਚ ਲਿਆ ਆ ਉਹ ਜ਼ਿਆਦਾ ਲੈਣ ਦਾ ਇਹੀ ਮਕਸਦ ਸੀ,
डेढ़ इंच जिहड़ा इत्थों जदों असीं प्लेटां पा दांगे ओह कट हो जाऊगा ते अद्धा इंच इधरों सिलाई च चला जाऊगा, अद्धा इंच इधरों सिलाई च चला जाऊगा, एक इंच ए हो जाऊगा सिलाइया का, डेढ़ इंच ए हो जाऊगा, ढाई इंच जिहड़ा है साडा घट जाऊगा, जिन्नी साडी हिप हैगी आ टोटल फिर उन्ना ही जिहड़ा नाप साडे को आजूगा। तो चलो पहला हुण प्लेटां दा जिहड़ा नाप लगा लैने आ। इस तरह जिहड़े आ स्केल ना जिहड़ा आ इहनूं सीधा कर लैणा आ। प्लेटां दा निशान जिहड़ा आ दोनों फरंट पासे ही पैणा आ, मतलब फरंट दे उत्ते ही प्लेटां पौगियां, बैक दे विच जिहड़ियां प्लेटां इह नहीं पैणियां हैगियां। ते इस तरह जिहड़ी आ इह डेढ़ इंच प्लेटां दा निकल जाऊगा, अद्धा इंच इधरों सिलाई च चला जाऊगा, अद्धा इंच इधरों सिलाई च चला जाऊगा, तो टोटल जिहड़ा ढाई इंच साडा हो जाऊगा। तो फिर जिहड़ा साडी जिन्नी साडी हिप हैगी आ टोटल उन्ना ही जिहड़ा आजूगा। हुण जिहड़ा आसन का भी निशान लग चुका है, सारा उपरों हिप का भी निशान लग चुका, थाई का भी लग चुका, हुण असीं लंबाई वाले निशान वल नूं जावांगे। तो लंबाई वाले निशान तो जिहड़ा हुण असीं शेप देनी है, जिहड़ी पेंट प्लाजो की शेप हुंदी आ, मतलब जिन्नी साडी मोहरी हुंदी आ उस मोहरी दे अकॉर्डिंग जिहड़ी शेप देनी आ ਉਹ ਵੀ ਅਸੀਂ ਦੱਸਦੇ ਹਾਂ ਕਿਸ ਤਰ੍ਹਾਂ ਦੇਣੀ ਆ। ਉਹ ਤੋਂ ਪਹਿਲਾਂ ਜਿੰਨਾ ਅਸੀਂ ਇੱਥੋਂ ਇੱਥੇ ਤੱਕ ਨਿਸ਼ਾਨ ਲਗਾਇਆ ਆ ਇਹ ਵਾਲੇ ਨਿਸ਼ਾਨ ਨੂੰ ਅਸੀਂ ਨਾਪ ਲੈਣਾ ਕਿ ਇਹ ਕਿੰਨਾ ਹੈਗਾ। ਇਹ ਵਾਲਾ ਸਾਡਾ ਨਿਸ਼ਾਨ ਜਿਹੜਾ ਆ ਉਹ 6.25 ਹੈਗਾ ਆ, ਤੇ ਅਸੀਂ 6.25 ਹੀ ਨੀਚੇ ਨੂੰ ਲਵਾਂਗੇ। ਉਹ ਮੈਂ ਤੁਹਾਨੂੰ ਦਿਖਾਉਣੀ ਕਿਸ ਤਰ੍ਹਾਂ ਉੱਪਰੋਂ ਸਾਰਾ ਸਾਡਾ ਕੰਪਲੀਟ ਹੋ ਚੁੱਕਾ। ਆਈ ਹੋਪ ਤੁਹਾਨੂੰ ਚੰਗੀ ਤਰ੍ਹਾਂ ਜਿਹੜਾ ਸਮਝ ਆ ਗਿਆ ਹੋਊਗਾ। ਤੇ ਚਲੋ ਹੁਣ ਲੰਬਾਈ ਵਾਲੀ ਸਾਈਡ ਨੂੰ ਜਿਹੜੀ ਆ ਪਲਾਜ਼ੋ ਨੂੰ ਸ਼ੇਪ ਦਿੰਨੇ ਆ। ਤੇ ਉੱਪਰੋਂ ਸਾਰੇ ਨਿਸ਼ਾਨ ਸਾਡੇ ਲੱਗ ਗਏ। ਆਹ ਵਾਲਾ ਜਿਹੜਾ ਸਾਡਾ ਨਿਸ਼ਾਨ ਸੀਗਾ ਇਹ ਸੀਗਾ ਲੰਬਾਈ ਦਾ, ਤੇ ਇਹਨੂੰ ਅਸੀਂ ਜਿਹੜਾ ਸਿੱਧਾ ਕਰ ਲੈਣਾ ਆ। ਲੰਬਾਈ ਦੇ ਨਿਸ਼ਾਨ ਨੂੰ ਅਸੀਂ ਸਿੱਧਾ ਕਰ ਲਿਆ, ਤੇ ਹੁਣ ਜਿਹੜਾ ਆ ਇੱਥੇ ਅਸੀਂ ਪਹਿਲਾਂ ਦੇਖੋ ਉੱਪਰ ਜਿਹੜਾ ਅਸੀਂ 6.25 ਦਾ ਪਲੇਟ ਦਾ ਨਿਸ਼ਾਨ ਲਿਆ ਸੀ ਉਹ ਸਿੱਧਾ ਨਿਸ਼ਾਨ ਜਿਹੜਾ ਇੱਥੇ ਲਗਾ ਲਾਂਗੇ। ਜਿਹੜਾ ਪਲੇਟ ਦਾ ਨਿਸ਼ਾਨ ਸੀ ਉਹ ਵੀ ਨਿਸ਼ਾਨ ਅਸੀਂ ਨੀਚੇ ਬੋਟਮ ਜਿੱਥੇ ਸਾਡੇ ਮੋਰੀ ਬਾਨੀ ਆ ਉੱਥੇ ਲਗਾਵਾਂਗੇ। ਤੇ ਜਿਹੜਾ ਸਾਡੇ ਕੋਲ ਇਹਦੇ ਉਹ ਹੈਗਾ ਆ ਮੋਰੀ ਉਹ ਹੈਗੀ ਆ 6 ਇੰਚ, ਤੇ ਇੱਥੇ ਅਸੀਂ ਜਿਹੜੀ ਆ ਇਹ ਬਿਲਕੁਲ ਫਿਕਸ ਕੱਟਣੀ ਆ, ਮਤਲਬ ਕਿ 3 ਇੰਚ ਰੱਖ ਕੇ 3 ਇੰਚ ਇੱਧਰ ਨੂੰ ਲਗਾਵਾਂਗੇ ਤੇ 3 ਇੰਚ ਇੱਧਰ, ਇਹ ਸਾਡੀ 6 ਇੰਚ ਜਿਹੜੀ ਆ ਮੋਰੀ ਆ ਜਾਊਗੀ, ਪੂਰੀ 6 ਇੰਚ ਹੀ ਰੱਖਣੀ ਆ। ਤੇ ਇੱਥੇ ਜਿਹੜਾ ਆ ਅੱਧਾ ਇੰਚ ਐਕਸਟਰਾ ਲੈ ਕੇ ਜਿਹੜੀ ਆ ਅਸੀਂ ਕਟਿੰਗ ਕਰਨੀ ਆ ਮੋਰੀ ਦੀ। ਤੇ ਇਹ ਜਿਹੜੀ ਆ ਹੁਣ ਨਿਸ਼ਾਨ ਅਸੀਂ ਲਗਾ ਲਏ ਆ, ਇਹ ਮੈਂ ਤੁਹਾਨੂੰ ਇੱਕ ਵਾਰ ਦੁਬਾਰਾ ਰਿਪੀਟ ਕਰ ਦਿੰਦੀ ਹਾਂ ਕਿ ਜਿੰਨਾ ਅਸੀਂ ਉੱਪਰ ਪਲੇਟ ਦਾ ਨਿਸ਼ਾਨ ਲਾਇਆ ਸੀ ਇਹ ਪਲੇਟ ਦਾ ਨਿਸ਼ਾਨ ਬਿਲਕੁਲ ਜਿਹੜਾ ਆ ਇਹ ਸਿੱਧਾ ਨਿਸ਼ਾਨ ਜਿਹੜਾ ਆ ਇੱਥੇ ਅਸੀਂ ਨੀਚੇ ਤੱਕ ਲਗਾ ਲਾਂਗੇ, ਜਿੰਨਾ ਉੱਪਰੋਂ ਲਿਆ ਉਨਾ ਹੀ ਲੈ ਕੇ 6.25 ਇੱਧਰ ਨੂੰ, ਤੇ ਇਹਨੂੰ ਜਿਹੜਾ ਆ ਇਹਦਾ ਅੱਧ ਕਰਕੇ ਇੱਥੇ ਜਿਹੜਾ ਅਸੀਂ ਨੀਚੇ ਬੋਟਮ ਆਪਣਾ ਇਹਦਾ ਨਿਸ਼ਾਨ ਪਹੁੰਚੇ ਦਾ ਲਗਾਵਾਂਗੇ। ਤੇ ਇਹ ਨਿਸ਼ਾਨ ਹੁਣ ਸਾਡੇ ਲੱਗ ਗਏ ਆ, ਇਹਨਾਂ ਨਿਸ਼ਾਨਾਂ ਨੂੰ ਜਿਹੜਾ ਆ ਅਸੀਂ ਹੁਣ ਕਰਾਂਗੇ। ਤੇ ਦੇਖੋ ਸਭ ਤੋਂ ਪਹਿਲਾਂ ਜਿਹੜਾ ਆ ਫੱਟੀ ਨੂੰ ਇਸ ਤਰ੍ਹਾਂ ਰੱਖ ਕੇ ਆਹ ਵਾਲੇ ਨਿਸ਼ਾਨ ਤੋਂ ਆਹ ਵਾਲੇ ਨਿਸ਼ਾਨ ਤੱਕ ਅਸੀਂ ਮਿਲਾ ਦੇਵਾਂਗੇ। ਚੰਗੀ ਤਰ੍ਹਾਂ ਇਹ ਰੱਖਣਾ ਆ ਬਿਲਕੁਲ ਸਿੱਧਾ, ਕਿਉਂਕਿ ਜਿੰਨਾ ਨਿਸ਼ਾਨ ਸਾਡਾ ਸਹੀ ਹੋਊਗਾ ਸਾਡਾ ਪਲਾਜ਼ੋ ਵੀ ਉਨਾ ਸਹੀ ਸੀ ਹੋਊਗਾ। ਤੇ ਦੇਖੋ ਇੱਥੋਂ ਨਿਸ਼ਾਨ ਆ ਲੱਗ ਗਿਆ, ਤੇ ਇਸੇ ਤਰ੍ਹਾਂ ਹੁਣ ਫੱਟੀ ਨੂੰ ਜਿਹੜਾ ਫੋਲਡ ਕਰ ਲੈਣਾ, ਤੇ ਜਿਹੜਾ ਇੱਥੋਂ ਸਾਡਾ ਅਸੀਂ ਥਾਈ ਦਾ ਨਿਸ਼ਾਨ ਆਸਨ ਦਾ ਲਗਾਇਆ ਸੀ ਉਸ ਆਸਨ ਦੇ ਨਿਸ਼ਾਨ ਤੋਂ ਜਿਹੜਾ ਆ ਇਸ ਤਰ੍ਹਾਂ ਇਹਦੀ ਇੱਧਰ ਨੂੰ ਵੀ ਜਿਹੜੀ ਆ ਫਿਟਿੰਗ ਦੀ ਆਹ ਲਗਾ ਦੇਣਾ ਆ ਨਿਸ਼ਾਨ। ਤੇ ਜਿਹੜਾ ਅਸੀਂ ਉੱਪਰੋਂ ਅੱਧਾ ਇੰਚ ਛੱਡਿਆ ਸੀ ਉਸ ਅੱਧਾ ਇੰਚ ਤੇ ਵੀ ਅਸੀਂ ਇਸ ਤਰ੍ਹਾਂ ਜਿਹੜੀ ਆ ਥੋੜੀ ਜਿਹੀ ਗਲਾਈ ਪਾ ਦੇਣੀ ਆ, ਕਿਉਂਕਿ ਜਦੋਂ ਗਲਾਈ ਪਾ ਦਿੰਨੇ ਆ ਉਹਦੇ ਨਾਲ ਕੱਪੜਾ ਜਿਹੜਾ ਥੋੜਾ ਜਿਹਾ ਰੇਵ ਹੋ ਜਾਂਦਾ ਆ ਤੇ ਉਹਦੇ ਵਿੱਚ ਵਧੀਆ ਫਿਨਿਸ਼ਿੰਗ ਆਉਂਦੀ ਆ। ਦੇਖੋ ਹੁਣ ਸਾਡੀ ਇਹ ਹੋ ਗਈ ਆ, ਤੇ ਇੱਥੇ ਜੇ ਜਾਂ ਤਾਂ ਤੁਸੀਂ ਫਿਕਸ ਵੀ ਕੱਟ ਸਕਦੇ ਹੋ, ਕਿਉਂਕਿ ਅਸੀਂ ਬੈਕ 'ਚ ਜਿਹੜਾ ਆ ਉਹ ਜ਼ਿਆਦਾ ਕੱਪੜਾ ਲੈਣਾ ਹੀ ਹੁੰਦਾ ਆ ਵਧਾ ਕੇ। ਤੇ ਇੱਥੇ ਜਾਂ ਫਿਰ ਤੁਸੀਂ ਜਿਹੜਾ ਆ ਅੱਧਾ ਇੰਚ ਸਿਲਾਈ ਦਾ ਮਾਰਜਨ ਲੈ ਕੇ ਵੀ ਜਿਹੜਾ ਆ ਤੁਸੀਂ ਇਹਨੂੰ ਸਿਲ ਸਕਦੇ ਹੋ। ਇੱਥੇ ਅਸੀਂ ਅੱਧਾ ਇੰਚ ਜਿਹੜਾ ਸਿਲਾਈ ਦਾ ਮਾਰਜਨ ਲੈ ਲਿਆ, ਕਟਿੰਗ ਜਿਹੜੀ ਆ ਅਸੀਂ ਅੱਧਾ ਇੰਚ ਮਾਰਜਨ ਤੇ ਕਰਾਂਗੇ, ਤੇ ਨੀਚੇ ਉਹ ਜਿੰਨਾ ਤੁਸੀਂ ਫੋਲਡ ਕਰਨ ਲਈ ਲੈਣਾ ਚਾਹੁੰਦੇ ਹੋ ਉਨਾ ਲੈ ਸਕਦੇ ਹੋ। ਇੱਥੇ ਅਸੀਂ ਜਿਹੜੀ ਇਹਦੇ ਨੀਚੇ ਡਿਜ਼ਾਈਨਿੰਗ ਕਰਨੀ ਆ, ਸੋ ਅਸੀਂ ਜ਼ਿਆਦਾ ਇਹਦੇ ਵਿੱਚ ਕੱਪੜਾ ਨਹੀਂ ਲੈਣਾ ਹੈਗਾ, ਇੱਥੇ ਸਿਰਫ ਅਸੀਂ 1 ਇੰਚ ਜਿਹੜਾ ਆ ਉਹ ਜ਼ਿਆਦਾ ਕੱਪੜਾ ਲਵਾਂਗੇ, ਵਾਧੂ ਅਸੀਂ ਕੱਪੜਾ ਨਹੀਂ ਲੈਣਾ ਕਿਉਂਕਿ ਇਹ 'ਚ ਡਿਜ਼ਾਈਨਿੰਗ ਹੋਊਗੀ। ਤੇ ਹੁਣ ਜਿਹੜਾ ਅਸੀਂ ਇਹਨੂੰ ਬਿਲਕੁਲ ਇਸੇ ਤਰ੍ਹਾਂ ਕਟਿੰਗ ਕਰ ਲੈਣੀ ਆ। ਇੱਕ ਚੀਜ਼ ਹੋਰ, ਕਟਿੰਗ ਜਿਹੜੀ ਆ ਅਸੀਂ ਉਸ ਸਾਈਡ ਦੀ ਕਰਨੀ ਹੈ, ਇਸ ਸਾਈਡ ਦੀ ਕਟਿੰਗ ਜਿਹੜੀ ਆ ਅਸੀਂ ਨਹੀਂ ਕਰਨੀ। ਆਹ ਵਾਲੀ ਸਾਈਡ ਦੀ ਕਟਿੰਗ ਅਸੀਂ ਜਦੋਂ ਬੈਕ ਪੱਲੇ ਦੀ ਕਟਿੰਗ ਕਰਾਂਗੇ ਉਦੋਂ ਕਰਾਂਗੇ, ਜਿਹੜਾ ਮਤਲਬ ਸਾਡਾ ਬਾਹਰ ਵਾਲਾ ਪਾਸਾ ਹੈ ਉਹਦੀ ਅਸੀਂ ਕਟਿੰਗ ਨਹੀਂ ਕਰਨੀ, ਅੰਦਰਲੇ ਵਾਲੇ ਪਾਸੇ ਦੀ ਜਿਹੜੀ ਅਸੀਂ ਕਟਿੰਗ ਕਰਨੀ ਆ। ਤੇ ਚਲੋ ਕਟਿੰਗ ਕਰ ਲੈਂਦੇ ਹਾਂ। ਤੇ ਲਓ ਜੀ ਕਟਿੰਗ ਸਾਡੀ ਹੋ ਗਈ ਆ, ਤੇ ਹੁਣ ਜਿਹੜਾ ਅਸੀਂ ਪਲਾਜ਼ੋ ਦੇ ਫਰੰਟ ਪੋਰਸ਼ਨ ਨੂੰ ਜਿਹੜਾ ਚੱਕ ਲਵਾਂਗੇ।
इसे तरह चकना है गोल करके, क्योंकि जो असि बैक पले ते बिछाउणा है फिर बिछाउण दे विच सानू आसानी होगी। ते हुण जिहड़ा आ कपड़े नू असि चंगी तरह प्रेस करके ते बैक दी कटिंग करन दे लई बिछा लैने आ चंगी तरह। ते लो जी बैक पला जिहड़ा असि बिछा लिया आ चंगी तरह। ते हुण जिहड़ा देखो फ्रंट पला असि लै लैणा आ। फ्रंट पला लैण तों पहलां असि इहदे विच बैक पले दे विच इक चीज़ इह करनी आ कि जिहड़ा आसन वाली साइड तों आ असि आसन वाली साइड तों जां उपर वाली साइड तों कह लो उपरों जिहड़ा कपड़ा असि थोड़ा जिहा ज्यादा लैणा आ ते फ्रंट पले नूं थोड़ा नीवा रखना आ। उह मैं तुहानूं दिखाउनी आ किस तरह। ते देखो आ साडा उपर वाला साइड आ ते इत्थों असि पहलां सब तों पहलां 2.5 इंच दा निशान लगा लैणा आ इस तरह। ਇਹ ਤੁਸੀਂ ਇਹ ਵੀ ਜਿਹੜਾ ਹੈ ਸਾਈਜ਼ ਦੇ ਅਕੋਰਡਿੰਗ ਹੀ ਨਿਸ਼ਾਨ ਲੱਗਦਾ ਹੈ। ਇਹ ਨਿਸ਼ਾਨ ਵੀ ਜੇ ਜ਼ਿਆਦਾ ਹੈਵੀ ਸਾਈਜ਼ ਹੋਵੇ ਤਾਂ 2.5 ਤੋਂ 3 ਜਾਂ 4 ਇੰਚ ਤੱਕ ਵੀ ਇਹ ਜਿਹੜਾ ਨਿਸ਼ਾਨ ਆ ਇਹ ਚਲਾ ਜਾਂਦਾ ਹੁੰਦਾ। ਇਹ ਮੈਂ ਤੁਹਾਨੂੰ ਜਿਹੜੀ ਆ ਇੱਕ ਸੈਪਰੇਟ ਵੀਡੀਓ ਬਣਾਉਂਗੀ ਇਹੀ ਦੱਸਣ ਬਾਰੇ ਕਿ ਇਹ ਜਿਹੜਾ ਆ ਨਿਸ਼ਾਨ ਕਿਸ ਤਰ੍ਹਾਂ ਲੱਗਦਾ ਆ। ਤੇ ਦੇਖੋ ਹੁਣ ਜਿਹੜਾ ਅਸੀਂ ਫਰੰਟ ਪੱਲਾ ਲੈਣਾ ਆ ਤੇ ਬਿਲਕੁਲ ਜਿਹੜਾ ਕੰਨੀ ਨੂੰ ਮਿਲਾਉਂਦੇ ਹੋਏ ਕੰਨੀ ਦੇ ਨਾਲ ਕੰਨੀ ਨੂੰ ਮਿਲਾਉਂਦੇ ਹੋਏ ਇਸ ਜਿਹੜਾ 2.5 ਇੰਚ ਦਾ ਅਸੀਂ ਨਿਸ਼ਾਨ ਲਗਾਇਆ ਆ ਇਹਦੇ ਉੱਪਰ ਜਿਹੜਾ ਆ ਅਸੀਂ ਆਪਣਾ ਫਰੰਟ ਪੱਲਾ ਜਿਹੜਾ ਵਿਛਾਉਣਾ ਆ ਚੰਗੀ ਤਰ੍ਹਾਂ ਵਿਛਾਉਣਾ ਆ। ਤੇ ਇੱਥੋਂ ਇੱਕ ਚੀਜ਼ ਹੋਰ ਜਿਹੜਾ ਫਰੰਟ ਪੱਲਾ ਆ ਇਹਨੂੰ ਜਿਹੜਾ ਥੋੜਾ ਜਿਹਾ 1/2 ਇੰਚ ਜਿਹੜਾ ਆ ਉਹ ਅਸੀਂ ਡਾਊਨ ਕਰਾਂਗੇ ਬੈਕ ਵਾਲੇ ਨੂੰ ਉੱਪਰ ਨੂੰ ਕਟਿੰਗ ਕਰਾਂਗੇ ਫਰੰਟ ਵਾਲੇ ਦੀ ਨੀਚੇ ਨੂੰ ਕਟਿੰਗ ਕਰਾਂਗੇ। ਤੇ ਫਰੰਟ ਪੱਲੇ ਨੂੰ ਜਿਹੜਾ ਆ ਚੰਗੀ ਤਰ੍ਹਾਂ ਅਸੀਂ ਪਹਿਲਾਂ ਵਿਛਾ ਲੈਨੇ ਆ ਕੰਨੀ ਇਧਰੋਂ ਸਾਈਡ ਤੋਂ ਬਿਲਕੁਲ ਬਰਾਬਰ ਰੱਖ ਕੇ ਜਿਹੜਾ ਆ ਵਿਛਾਉਣਾ ਆ ਇਹਦੇ ਉੱਪਰ। ਤੇ ਦੇਖੋ ਇੱਥੋਂ 2.5 ਇੰਚ ਅਸੀਂ ਨੀਚੇ ਨੂੰ ਲੈਂਦੇ ਹੋਏ ਜਿਹੜਾ ਬਿਲਕੁਲ ਚੰਗੀ ਤਰ੍ਹਾਂ ਬਿਲਕੁਲ ਸਿੱਧਾ ਕਰਕੇ ਜਿਹੜਾ ਆ ਫਰੰਟ ਪੱਲੇ ਨੂੰ ਜਿਹੜਾ ਵਿਛਾ ਲਿਆ ਆ। ਤੇ ਹੁਣ ਬੈਕ ਪੱਲੇ ਦੀ ਜਿਹੜੀ ਇੱਥੋਂ ਇੱਧਰ ਬਾਹਰ ਵਾਲੀ ਸਾਈਡ ਆ ਇਸ ਬਾਹਰ ਵਾਲੀ ਸਾਈਡ ਤੋਂ ਅਸੀਂ ਇਹਨੂੰ ਤਿਰਛਾ ਇਸ ਤਰ੍ਹਾਂ ਉੱਪਰ ਨੂੰ ਚੱਕਾਂਗੇ ਜਿੱਧਰੋਂ ਆਸਣ ਆ ਉਸ ਸਾਈਡ ਤੋਂ ਅਸੀਂ ਇਹਨੂੰ ਉੱਪਰ ਨੂੰ ਚੱਕਣਾ ਆ ਤੇ ਇੱਧਰੋਂ ਜਿਹੜਾ ਆ ਨੀਚੇ ਨੂੰ ਹੀ ਰੱਖਣਾ ਆ। ਉਹ ਮੈਂ ਤੁਹਾਨੂੰ ਮਤਲਬ ਚੰਗੀ ਤਰ੍ਹਾਂ ਦੱਸਦੀ ਹਾਂ। ਹੁਣ ਜਿਹੜੀ ਬੈਕ ਦੀ ਕਟਿੰਗ ਅਸੀਂ ਕਰਨੀ ਆ ਉਹ 1.5 ਇੰਚ ਜਾਂ 2 ਇੰਚ ਜਿਹੜੀ ਆ ਜ਼ਿਆਦਾ ਲੈ ਕੇ ਕਰਨੀ ਆ। ਇੱਥੇ ਤੁਸੀਂ 1.5 ਇੰਚ ਵੀ ਜ਼ਿਆਦਾ ਲੈ ਸਕਦੇ ਹੋ ਪਰ ਮੈਂ ਇੱਥੇ ਜਿਹੜਾ ਆ 2 ਇੰਚ ਜ਼ਿਆਦਾ ਲੈ ਰਹੀ ਹਾਂ। ਤੇ 2 ਇੰਚ ਜ਼ਿਆਦਾ ਲੈ ਕੇ ਇੱਥੋਂ ਸਿੱਧਾ ਪਹਿਲਾਂ ਨਿਸ਼ਾਨ ਅਸੀਂ ਲਾ ਲਾਂਗੇ ਤੇ ਜਿਹੜਾ ਇੱਥੇ ਵਾਲਾ ਨਿਸ਼ਾਨ ਆ ਇਹਨੂੰ ਅਸੀਂ 1.5 ਇੰਚ ਹੀ ਜ਼ਿਆਦਾ ਲਵਾਂਗੇ। ਇਹ ਅਸੀਂ ਜਿਹੜਾ ਆ ਉਹ ਜ਼ਿਆਦਾ ਨਹੀਂ ਲੈਣਾ ਇਹਨੂੰ ਅਸੀਂ 1.5 ਇੰਚ ਹੀ ਜ਼ਿਆਦਾ ਲੈਣਾ। ਤੇ ਦੇਖੋ ਇਸ ਤਰ੍ਹਾਂ ਜਿਹੜਾ ਆ ਸਿੱਧਾ ਕਰ ਲਿਆ ਬੈਕ ਨੂੰ ਜਿਹੜਾ ਆ ਇੱਥੋਂ ਅਸੀਂ 1.5 ਇੰਚ ਵਧਾਇਆ ਹੈ ਇੱਥੋਂ ਅਸੀਂ 2 ਇੰਚ ਵਧਾਇਆ। ਤੁਸੀਂ ਜਿਹੜਾ ਸਾਰੇ ਪਾਸਿਓਂ 1.5-1.5 ਇੰਚ ਵਧਾ ਸਕਦੇ ਹੋ ਪਰ ਇਹ ਅਸੀਂ ਥੋੜਾ ਜਿਹਾ ਜ਼ਿਆਦਾ ਰੱਖਿਆ ਆ ਕਿਉਂਕਿ ਸਾਈਜ਼ ਦੇ ਵਿੱਚ ਕਈ ਵਾਰ ਜਿਹੜਾ ਹੈ ਟਾਈਟ ਹੋ ਜਾਂਦਾ ਤੇ ਫਿਰ ਜੇ ਜ਼ਿਆਦਾ ਕੱਪੜਾ ਰੱਖਿਆ ਹੋਵੇ ਤੇ ਈਜ਼ੀਲੀ ਅਸੀਂ ਉਹਨੂੰ ਕਰ ਸਕਦੇ ਹਾਂ ਖੁੱਲਾ। ਸੋ ਜੇ ਪਹਿਲਾਂ ਹੀ ਕੱਪੜਾ ਕੱਟ ਦਈਏ ਤਾਂ ਫਿਰ ਬਾਅਦ ਵਿੱਚ ਦਿੱਕਤ ਆਉਂਦੀ ਹੈ। ਤੇ ਦੇਖੋ ਇੱਥੋਂ ਅਸੀਂ ਜਿਹੜਾ ਹੈ ਸਿੱਧਾ ਕਰ ਲਿਆ ਹੁਣ ਇੱਥੋਂ ਫਿਰ ਅਸੀਂ ਜਿਹੜੀ ਆ ਗਲਾਈ ਜਿਹੜੀ ਆ ਦੇਣੀ ਆ ਮਾਈਨਰ ਜੀ ਦੇਣੀ ਆ ਸਿੱਧੀ ਸਿੱਧੀ ਤੇ ਇਹ ਗਲਾਈ ਅਸੀਂ ਦੇ ਦਿੱਤੀ ਆ। ਤੇ ਆਹ ਵਾਲਾ ਜਿਹੜਾ ਨਿਸ਼ਾਨ ਆ ਇਹਨੂੰ ਬਿਲਕੁਲ ਉੱਪਰ ਤੱਕ ਅਸੀਂ ਸਿੱਧਾ ਕਰਾਂਗੇ ਕਿਉਂਕਿ ਜਿਹੜਾ ਅਸੀਂ 2.5 ਇੰਚ ਉੱਪਰ ਨੂੰ ਲੈਣਾ ਆ। ਤੇ ਆਹ ਸਾਡਾ ਇੱਥੋਂ ਨਿਸ਼ਾਨ ਲੱਗ ਗਿਆ। ਹੁਣ ਜਿਹੜਾ ਅਸੀਂ ਉੱਪਰ ਨੂੰ 2.5 ਇੰਚ ਜ਼ਿਆਦਾ ਕੱਪੜਾ ਲਿਆ ਆ ਉਹ ਤੁਸੀਂ ਮੰਨੋ ਕਿ 2 ਇੰਚ ਹੀ ਜ਼ਿਆਦਾ ਆ ਕਿਉਂਕਿ ਜਿਹੜਾ 1/2 ਇੰਚ ਆ ਉੱਪਰੋਂ ਜਦੋਂ ਬੈਲਟ ਫੋਲਡਿੰਗ ਆਉਣੀ ਆ ਉਹਦੇ ਵਿੱਚ ਆਜੂਗਾ। ਤੇ ਇੱਥੋਂ ਤੁਸੀਂ 1.5 ਇੰਚ ਜਾਂ 2 ਇੰਚ ਵੀ ਲੈ ਸਕਦੇ ਹੋ। ਦੇਖੋ ਹੁਣ ਅਸੀਂ ਜਿਹੜਾ ਆਸਣ ਵਾਲੀ ਸਾਈਡ ਤੋਂ ਇਹਨੂੰ ਉੱਪਰ ਨੂੰ ਰੱਖਣਾ ਆ ਤੇ ਇੱਥੋਂ ਜਿਹੜਾ ਅਸੀਂ ਬਿਲਕੁਲ ਕੰਨੀ ਨੂੰ ਮਿਲਾ ਕੇ ਤੇ ਇਸ ਤਰ੍ਹਾਂ ਜਿਹੜੀ ਆ ਸਿਲਾਈ ਇੱਥੇ ਲਗਾ ਦੇਣੀ ਆ ਸਿਲਾਈ ਨਹੀਂ ਸੋਰੀ ਨਿਸ਼ਾਨ ਜਿਹੜਾ ਆ ਇੱਥੇ ਲਗਾ ਦੇਣਾ। ਦੇਖੋ ਇਸ ਤਰ੍ਹਾਂ ਤਿਰਛਾ ਨਿਸ਼ਾਨ ਲੱਗੂਗਾ ਇਸ ਤਰ੍ਹਾਂ ਬਿਲਕੁਲ ਤਿਰਛਾ ਨਿਸ਼ਾਨ ਲੱਗੂਗਾ। ਆਹ ਸਾਡੀ ਆਸਣ ਵਾਲੀ ਆ ਇੱਥੋਂ ਅਸੀਂ ਬਿਲਕੁਲ ਕੋਨੇ ਤੋਂ ਜਿਹੜਾ ਸਾਡਾ ਇੱਧਰ ਬਾਹਰ ਵਾਲੀ ਸਾਈਡ ਆ ਇੱਥੇ ਜਿਹੜਾ ਬਿਲਕੁਲ ਕੋਨੇ ਤੋਂ ਇੱਧਰ ਨੂੰ 2.5 ਇੰਚ ਜਿਹੜਾ ਚੱਕ ਕੇ ਕੱਟਣਾ ਤੇ ਫਰੰਟ ਵਾਲਾ ਜਿਹੜਾ ਆ ਇਹਨੂੰ ਅਸੀਂ ਇਸ ਤਰ੍ਹਾਂ 1/2 ਇੰਚ ਨੀਵਾਂ ਕੱਟਣਾ। ਇਹ ਵੀ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਕਿਸ ਤਰ੍ਹਾਂ। ਦੇਖੋ ਫਰੰਟ ਨੂੰ ਜਿਹੜਾ ਇਸ ਤਰ੍ਹਾਂ 1/2 ਇੰਚ ਅਸੀਂ ਡਾਊਨ ਕਰ ਦੇਣਾ ਆ ਇਹਦੇ ਨਾਲ ਜਿਹੜੀ ਸ਼ੇਪ ਆ ਵਧੀਆ ਆ ਜਾਂਦੀ ਆ। ਤੇ ਹੁਣ ਅਸੀਂ ਇੱਥੋਂ ਜਿਹੜਾ ਆ ਪੂਰਾ ਹੀ ਨੀਚੇ ਤੱਕ ਇੱਥੋਂ ਵੀ 1.5-1.5 ਇੰਚ ਜਿਹੜਾ ਹੈ ਜ਼ਿਆਦਾ ਲੈਂਦੇ ਮਤਲਬ ਇੱਥੋਂ ਪੂਰੇ ਜਿਹੜੇ ਅਸੀਂ ਨਿਸ਼ਾਨ ਲਾ ਲੈਣੇ ਆ ਇੱਥੋਂ ਵੀ ਜਿਹੜਾ ਅਸੀਂ 1.5 ਇੰਚ ਲਿਆ ਸੀ ਹੁਣ ਇੱਥੋਂ ਵੀ ਜਿਹੜਾ ਅਸੀਂ 1.5 ਇੰਚ ਜਿਹੜਾ ਲੈ ਲੈਣਾ ਆ ਮਤਲਬ 1.5-1.5 ਇੰਚ ਜਿਹੜਾ ਲੈਂਦੇ ਹੋਏ ਸਾਰੇ ਨਿਸ਼ਾਨ ਲਾ ਦੇਣੇ ਆ। ਇਹਦੇ ਵਿੱਚ ਥੋੜਾ ਸਿਲਾਈ ਦੇ ਵਿੱਚ ਵੀ ਆ ਜਾਣਾ ਆ 1 ਇੰਚ ਲਾ ਲਓ ਸਿਲਾਈ ਦੇ ਵਿੱਚ ਆ ਜਾਣਾ ਆ ਤੇ ਬਾਕੀ ਸਾਡਾ ਜਿਹੜਾ ਆ ਉਹ ਬਰਾਬਰ ਆਊਗਾ। ਤੇ ਇੱਥੇ ਜਿਹੜਾ ਆ ਇਹ ਸਾਡਾ ਨੀਚੇ ਦਾ ਨਿਸ਼ਾਨ ਸੀ ਹੁਣ ਇੱਥੋਂ ਇੱਥੇ ਤੱਕ ਨੀਚੇ ਤੋਂ ਲੈ ਕੇ
नीचे तो असी पट्टी रखांगे ते इनू जेड़ा असी शेप दे विच इस तरह निशान ला लांगे। जेड़ा असी 1.5 इंच एक्स्ट्रा ले आया मार्जिन ओदे उपर इस तरह ये निशान ला दांगे ते इहदी जेड़ी आ कटिंग असी पहला करदे आ। सारी निशान साडे देखो टोटली जेड़े आ लग चुके आ, पूरा प्लाजो दा जेड़ा आ निशान लग गए आ ते हुण असी इहदी कटिंग करनी आ। ते लो जी असी प्लाजो दी जिहड़ी आ अंदर वाली साइड तो कटिंग करती आ, हुण असी बाहर वाली साइड तो कटिंग करनी आ। बाहर वाली साइड तो जिहड़ी आ बिल्कुल फिक्स कटिंग होगी, बिल्कुल जिथे जिथे असी निशान लाया उत्थे उत्थे असी कटिंग करनी आ। इहदे विच कोई भी ज्यादा जिहड़ा मार्जिन वगैरह नहीं लैणा, उधरों असी कटिंग कर दित्ती आ। ते जिहड़ा इहदे विच कपड़ा बचिया आ उह असी बेल्ट वगैरह पाउण दे लई यूज़ करांगे, ते जे तुसी इहदे विच पॉकेट लगाउणी चाहो तुसी पॉकेट लगा सकदे हो। ਉਹ ਫਿਰ ਤੁਹਾਨੂੰ ਇੱਕ ਹੋਰ ਵੀਡੀਓ 'ਚ ਦਿਖਾਵਾਂਗੇ, ਕਿਉਂਕਿ ਇਸ ਪਲਾਜ਼ੋ ਦੇ ਵਿੱਚ ਜਿਹੜੀ ਆ ਕਸਟਮਰ ਦੀ ਰਿਕੁਆਇਰਮੈਂਟ ਨਹੀਂ ਹੈਗੀ ਪੋਕਿਟ ਲਗਾਉਣ ਦੀ। ਸੋ ਅਸੀਂ ਕਿਸੇ ਹੋਰ ਦੇ ਵਿੱਚ ਪੋਕਿਟ ਲਗਾਵਾਂਗੇ ਅਤੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅਤੇ ਇੱਥੋਂ ਜਿਹੜੀ ਆ ਅਸੀਂ ਹੁਣ 1/2 ਇੰਚ ਦੀ ਪੇ ਦੇਖੋ ਇਕੱਲਾ ਜਿਹੜੇ ਫਰੰਟ ਦੇ ਦੋ ਪੱਲੇ ਆ ਉਹਨਾਂ ਨੂੰ ਇਸ ਤਰ੍ਹਾਂ ਲੈਂਦੇ ਹੋਏ ਜਿਹੜੀ ਆ 1/2 ਇੰਚ ਦੀ ਅਸੀਂ ਨੀਚੇ ਨੂੰ ਇਸ ਤਰ੍ਹਾਂ ਜਿਹੜੀ ਆ ਥੋੜ੍ਹੀ ਜਿਹੀ ਡੀਪਨੈਸ ਕਰ ਦੇਵਾਂਗੇ। ਅਤੇ ਇਹ ਕੱਪੜਾ ਜਿਹੜਾ ਅਸੀਂ ਇੱਥੋਂ ਜਿਹੜਾ ਆ ਹੁਣ ਫੋਲਡ ਕਰਕੇ ਅਸੀਂ ਇਸ ਤਰ੍ਹਾਂ ਜਿਹੜਾ ਦੇਖ ਲਾਂਗੇ। ਤੇ ਜਿਹੜਾ ਇੱਥੇ ਸਾਡਾ ਜਿੰਨਾ ਵੀ ਨਿਸ਼ਾਨ ਆ ਰਿਹਾ ਆ ਇੱਥੋਂ ਇਦਾਂ ਫੋਲਡ ਕਰਕੇ ਇੱਥੇ ਵੀ ਜਿੰਨਾ ਵੀ ਨਿਸ਼ਾਨ ਆ ਰਿਹਾ ਆ ਉੱਤੇ ਵੀ ਜਿਹੜਾ ਤੁਸੀਂ ਕਟਿੰਗ ਕਰ ਸਕਦੇ ਹੋ ਇਸ ਤਰ੍ਹਾਂ। ਇੱਥੇ ਵੀ ਤੁਸੀਂ ਜਿਹੜਾ ਆ ਪਲੇਟ ਦਾ ਸੋਰੀ ਨਿਸ਼ਾਨ ਜਿਹੜਾ ਲਾ ਸਕਦੇ ਹੋ, ਪਰ ਅਸੀਂ ਜਿਹੜਾ ਆ ਦੂਸਰੀ ਤਰ੍ਹਾਂ ਇਸ ਤਰ੍ਹਾਂ ਲਗਾਇਆ ਆ। ਤੇ ਹੁਣ ਜਿਹੜਾ ਪਲੇਟ ਦਾ ਨਿਸ਼ਾਨ ਆ ਇਹਨੂੰ ਅਸੀਂ ਬੈਕ ਸਾਈਡ ਵੀ ਇਸੇ ਤਰ੍ਹਾਂ ਉਤਾਰ ਲਵਾਂਗੇ ਤੇ ਇੱਥੇ ਕੱਟ ਲਗਾ ਲਵਾਂਗੇ। ਦੇਖੋ ਇਸ ਤਰ੍ਹਾਂ ਪਲੇਟ ਜਿਹੜੀ ਆ ਇਹਨੂੰ ਅਸੀਂ ਚੱਕ ਲੈਣਾ ਆ। ਤੇ ਸਭ ਤੋਂ ਪਹਿਲਾਂ ਤਾਂ ਜਿੱਥੇ ਸਾਡੀ ਗੱਬੇ ਆਣਾ ਆ ਇੱਥੇ ਇੱਕ ਕੱਟ ਇੱਥੇ ਲਗਾ ਲਵਾਂਗੇ, ਤੇ ਜਿੱਥੇ ਸਾਡਾ 1.25 ਇੰਚ ਦਾ ਨਿਸ਼ਾਨ ਆਉਂਦਾ ਪਿਆ, 1.25 ਇੰਚ ਨਹੀਂ ਸੋਰੀ 1.25 ਇੰਚ ਦਾ ਮਤਲਬ 1.5 ਇੰਚ ਆ, ਤੇ ਇੱਥੇ ਜਿਹੜਾ ਆ ਅਸੀਂ ਨੀਚੇ ਨੂੰ ਇਸ ਤਰ੍ਹਾਂ ਕਰ ਲਵਾਂਗੇ ਇੱਕ ਵਾਰ ਇਸ ਤਰ੍ਹਾਂ। ਤੇ ਫਿਰ ਜਦੋਂ ਸਾਡਾ ਨਿਸ਼ਾਨ ਉਤਰੇ ਆਊਗਾ ਸਾਨੂੰ ਪਤਾ ਰਹੂਗਾ ਕਿ ਇੱਥੋਂ ਜਿਹੜੀ ਆ ਇਸ ਤਰ੍ਹਾਂ ਜਿਹੜੀ ਆ ਆਹ ਨਿਸ਼ਾਨਾਂ ਤੋਂ ਜਿਹੜੀ ਸਾਡੀ ਪਲੇਟ ਜਿਹੜੀ ਪਊਗੀ। ਤੇ ਆਹ ਹੋ ਗਈ ਆ ਸਾਡੀ ਮਤਲਬ ਉੱਪਰ ਦੀ ਸਾਰੀ ਕਟਿੰਗ ਹੋ ਗਈ ਆ। ਹੁਣ ਅਸੀਂ ਇਹਦੀ ਬਾਹਰ ਵਾਲੀ ਸਾਈਡ ਦੀ ਜਿਹੜੀ ਆ ਕਟਿੰਗ ਕਰਾਂਗੇ, ਤੇ ਬਾਹਰ ਵਾਲੀ ਸਾਈਡ ਨੂੰ ਇੱਦਾਂ ਹੀ ਜਿੰਨਾ ਅਸੀਂ ਨਿਸ਼ਾਨ ਲਾਇਆ ਆ ਇਸ 'ਤੇ ਇੰਨੀ ਅਸੀਂ ਜਿਹੜੀ ਆ ਕਟਿੰਗ ਕਰ ਦੇਣੀ ਆ। ਤੇ ਲਓ ਜੀ ਇਹ ਸੀ ਪੈਂਟ ਪਲਾਜ਼ੋ ਦੀ ਕਟਿੰਗ ਦੀ ਵੀਡੀਓ। ਕਟਿੰਗ ਸਾਡੀ ਜਿਹੜੀ ਆ ਪੂਰੀ ਪੈਂਟ ਪਲਾਜ਼ੋ ਦੀ ਟੋਟਲੀ ਹੋ ਚੁੱਕੀ ਆ। ਇੱਧਰੋਂ ਵੀ ਅਸੀਂ ਬਾਹਰ ਵਾਲੀ ਸਾਈਡ ਤੋਂ ਵੀ ਪੂਰਾ ਕੱਪੜਾ ਕੱਟ ਦਿੱਤਾ ਆ। ਇੱਧਰੋਂ ਜਿਹੜਾ ਆ ਜਿੰਨਾ ਅਸੀਂ 1/2 ਇੰਚ ਲਿਆ ਸੀ ਉਹ ਵੀ ਅਸੀਂ ਕੰਨੀ ਜਿਹੜੀ ਉਤਾਰ ਦਿੱਤੀ ਆ, ਅਤੇ ਆ ਜਿੰਨਾ ਕੱਪੜਾ ਸੀ ਉਹ ਵੀ ਉਤਾਰ ਦਿੱਤਾ। ਜਿਹੜਾ ਕੱਪੜਾ ਇਹਦੇ ਵਿੱਚੋਂ ਬਚਿਆ ਹੋਇਆ ਆ ਉਹਦਾ ਅਸੀਂ ਜਿਹੜਾ ਯੂਜ਼ ਕਰਾਂਗੇ ਇਹਦੇ ਵਿੱਚ ਬੈਲਟ ਵਗੈਰਾ ਪਾਉਣ ਦੇ ਲਈ, ਕਿਉਂਕਿ ਸਾਈਡ 'ਤੇ ਜ਼ਿਪ ਵਗੈਰਾ ਵੀ ਲੱਗਣੀ ਆ ਉਹਦੇ ਦੇ ਵਿੱਚ ਵੀ ਯੂਜ਼ ਆਊਗਾ। ਅਤੇ ਜਿਹੜੀ ਇਹਦੀ ਕਟਿੰਗ ਦੀ ਵੀਡੀਓ ਆ ਇਹ ਕੰਪਲੀਟ ਹੋ ਗਈ ਆ। ਅਤੇ ਹੁਣ ਨੈਕਸਟ ਵੀਡੀਓ ਜਿਹੜੀ ਹੋਊਗੀ ਇਹਦੀ ਸਟਿਚਿੰਗ ਦੀ ਵੀਡੀਓ ਹੋਊਗੀ, ਕਿਉਂਕਿ ਇਹ ਵੀਡੀਓ ਜਿਹੜੀ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ। ਤੇ ਚਲੋ ਜੀ ਮਿਲਦੇ ਆ ਫਿਰ ਤੁਹਾਨੂੰ ਨੈਕਸਟ ਵੀਡੀਓ 'ਚ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤੇ ਲਾਈਕ ਕਰਨਾ ਨਾ ਭੁੱਲਿਓ, ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ। ਤੇ ਨਾਲ ਦੀ ਨਾਲ ਜੇ ਤੁਹਾਨੂੰ ਕੋਈ ਕੁਆਰੀ ਹੈਗੀ ਆ ਤੇ ਤੁਸੀਂ ਕਮੈਂਟ ਕਰਕੇ ਜਿਹੜਾ ਆ ਉਹ ਪੁੱਛ ਸਕਦੇ ਹੋ। ਤੇ ਚਲੋ ਜੀ ਫਿਰ ਬਾਏ।